ਲੋਕ ਸਭਾ ਦੇ ਵਿੱਚ ਜਦੋਂ ਇਹ ਬੋਲਦੇ ਸੀ ਤਾਂ ਸਾਹਮਣੇ ਮੋਦੀ ਬੈਠਾ ਹੁੰਦਾ ਸੀ ਅਤੇ ਅੱਖਾਂ 'ਚ ਅੱਖਾਂ ਪਾ ਕੇ ਬਾਂਹ ਕੱਢ ਕੇ ਗੱਲ ਕਰਦੇ ਸੀ ਵੀ ਜੇ ਮੇਰੀਆਂ ਗੱਲਾਂ ਦਾ ਜਵਾਬ ਹੈਗਾ ਤਾਂ ਦਿਓ। ਉਦੋਂ ਵੀ 13 MP ਸੀ ਪੰਜਾਬ 'ਚ ਉਸ ਵੇਲੇ ਵੀ, ਪਰ ਜਾਣਦੇ ਕਿਹਨੂੰ ਸੀ ਆਪਾਂ? 21 MP ਨੂੰ ਉਹਨਾਂ ਵੇਲਿਆਂ 'ਚ, ਭਗਵੰਤ ਮਾਨ ਜੀ। 21 MP ਦਾ ਪੂਰੇ ਪੰਜਾਬ ਨੂੰ ਪਤਾ ਸੀ, ਜਿਹੜੇ ਪੰਜਾਬ ਦੀ ਮੁੱਦਿਆਂ ਦੀ ਗੱਲ ਰੱਖਦੇ ਸੀ, ਪੰਜਾਬ ਦੀ ਗੱਲ ਰੱਖਦੇ ਸੀ, ਉਹ ਸਰਦਾਰ ਭਗਵੰਤ ਮਾਨ ਜੀ ਸੀਗੇ। ਉਹ ਇੱਕ ਇਹੋ ਜਿਹੇ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਨੇ ਜਿਹੜੇ ਮੋਦੀ ਦਾ ਨਾਮ ਲੈ ਕੇ ਉਹਦੇ ਜਿਹੜੀਆਂ ਘੁਟਾਲਿਆਂ ਨੂੰ ਉਜਾਗਰ ਕਰਦੇ ਨੇ ਬਿਨਾਂ ਡਰ ਤੋਂ, ਇਸੇ ਗੱਲ ਕਰਕੇ ਝੂਠੇ ਮੁਕੱਦਮੇ ਕਰਕੇ ਜਿਹੜਾ ਭਾਜਪਾ ਸਰਕਾਰ ਹੈ ਉਹ ਸਾਡੀ ਪਾਰਟੀ ਦੇ ਲੀਡਰਾਂ ਨੂੰ ਅੰਦਰ ਦੇ ਰਹੀ ਹੈ। ਦੇਸ਼ ਤੁਹਾਡੇ ਲਈ ਕੀ ਕਰ ਸਕਦਾ, ਇਹ ਦੇਖੋ ਕਿ ਤੁਸੀਂ ਦੇਸ਼ ਲਈ ਕੀ ਕਰ ਸਕਦੇ ਹੋ। ਅੱਜ ਇਹ ਗੁੰਡਾਗਰਦੀ ਵਾਲੀ, ਤਾਨਾਸ਼ਾਹ ਵਾਲੀ ਮੋਦੀ ਸਰਕਾਰ ਦੇ ਖਿਲਾਫ ਸਾਨੂੰ ਕ੍ਰਾਂਤੀਕਾਰੀਆਂ ਦੀ, ਚੰਗੇ ਲੋਕਾਂ ਦੀ, ਜਿਹੜੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕਣ, ਧਰਮਾਂ ਦੇ ਨਾਂ 'ਤੇ ਨਾ ਵੰਡਣ, ਵਿਕਾਸ ਦੀ ਗੱਲ ਕਰਨ, ਇਹੋ ਜਿਹੀ ਸਰਕਾਰ ਪਹਿਲਾਂ ਦੇਸ਼ ਨੂੰ ਬਣਾ ਕੇ ਦੇਣੀ ਪੈਣੀ ਹੈ। ਇਹੋ ਜਿਹੇ ਲੋਕਾਂ ਦੇ ਹੱਥ ਦੇਸ਼ ਦੀ ਵਾਂਗਡੋਰ ਸੰਭਾਲਣੀ ਪੈਣੀ ਹੈ। ਉਸ ਤੋਂ ਬਾਅਦ ਜਿਹੜੀ ਹੈਗੀ ਅਸੀਂ ਜ਼ਿੰਮੇਵਾਰ ਹਾਂ। ਸੋ ਇਹ ਗਲਤ ਲੋਕਾਂ ਦੇ ਹੱਥਾਂ 'ਚੋਂ ਵਾਂਗਡੋਰ ਕੱਢਣ ਦਾ ਜਿਹੜਾ ਵੇਲਾ ਆ ਗਿਆ ਜੀ, ਆਜ਼ਾਦੀ ਤੋਂ ਬਾਅਦ ਅੱਜ ਦੇ ਦੌਰਾਨ ਜਿਹੜੀ ਤਾਨਾਸ਼ਾਹ ਅਤੇ ਡਿਕਟੇਟਰਸ਼ਿਪ ਵਾਲੀ ਭਾਜਪਾ ਸਰਕਾਰ ਆਈ ਹੋਈ ਹੈ ਉਹਨੂੰ ਹਟਾਉਣ ਦੇ ਲਈ ਦੇਸ਼ ਇੱਕਜੁੱਟ ਹੋਇਆ। ਉਹ ਸਮਾਂ ਚੱਲ ਰਿਹਾ ਜਿੱਥੇ ਮੋਦੀ ਸਰਕਾਰ ਨੇ, ਭਾਜਪਾ ਸਰਕਾਰ ਨੇ ਸਾਰੇ ਦੇਸ਼ ਵਿੱਚ ਆਪਣੇ ਤਾਨਾਸ਼ਾਹ ਨਾਲ ਦੇਸ਼ ਡਰਾਇਆ ਹੋਇਆ, ਪਰ ਪੂਰੇ ਦੇਸ਼ 'ਚ ਇਹੋ ਜਿਹੇ ਦੋ ਮੁੱਖ ਮੰਤਰੀ ਨੇ ਜਿਨ੍ਹਾਂ ਤੋਂ ਮੋਦੀ ਡਰਦਾ, ਜਿਹਨੇ ਸਾਰਾ ਦੇਸ਼ ਡਰਾ ਰੱਖਿਆ। ਇੱਕ ਅਰਵਿੰਦ ਕੇਜਰੀਵਾਲ ਜੀ, ਜਿਨ੍ਹਾਂ ਨੂੰ ਉਹਨਾਂ ਨੇ ਜੇਲ੍ਹ 'ਚ ਪਾਇਆ ਝੂਠੇ ਮੁਕੱਦਮੇ 'ਚ, ਇਸ ਡਰ ਵਿੱਚ ਕਿ ਕਿਤੇ ਇੰਡੀਆ ਅਲਾਇੰਸ ਲਈ ਕੈਂਪੇਨ ਨਾ ਕਰ ਲੈਣ, ਕਿਤੇ ਮੇਰੀ ਤਾਨਾਸ਼ਾਹ ਵਾਲੀ ਸਰਕਾਰ ਇਸ ਕ੍ਰਾਂਤੀਕਾਰੀ ਲੀਡਰ ਦੇ ਭਾਸ਼ਣ ਸੁਣ ਸੁਣ ਕੇ ਲੋਕਾਂ 'ਚ ਜਿਹੜਾ ਰੋਸ ਪੈਦਾ ਹੋਣਾ ਅਤੇ ਸਰਕਾਰ ਬਦਲ ਜਾਣੀ ਹੈ। ਸੋ ਬੜਾ ਵੱਡਾ ਡਰ ਹੈ। ਦੂਸਰੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ, ਜਿਨ੍ਹਾਂ ਦਾ ਤੁਹਾਨੂੰ ਪਤਾ ਵੀ ਲੋਕ ਸਭਾ ਦੇ ਵਿੱਚ ਜਦੋਂ ਇਹ ਬੋਲਦੇ ਸੀ ਤਾਂ ਸਾਹਮਣੇ ਮੋਦੀ ਬੈਠਾ ਹੁੰਦਾ ਸੀ ਅਤੇ ਅੱਖਾਂ 'ਚ ਅੱਖਾਂ ਪਾ ਕੇ ਬਾਂਹ ਕੱਢ ਕੇ ਗੱਲ ਕਰਦੇ ਸੀ ਵੀ ਜੇ ਮੇਰੀਆਂ ਗੱਲਾਂ ਦਾ ਜਵਾਬ ਹੈਗਾ ਤਾਂ ਦਿਓ। ਉਦੋਂ ਵੀ 13 MP ਸੀ ਪੰਜਾਬ 'ਚ ਉਸ ਵੇਲੇ ਵੀ, ਪਰ ਜਾਣਦੇ ਕਿਹਨੂੰ ਸੀ ਆਪਾਂ? 21 MP ਨੂੰ ਉਹਨਾਂ ਵੇਲਿਆਂ 'ਚ, ਭਗਵੰਤ ਮਾਨ ਜੀ। 21 MP ਦਾ ਪੂਰੇ ਪੰਜਾਬ ਨੂੰ ਪਤਾ ਸੀ, ਜਿਹੜੇ ਪੰਜਾਬ ਦੀ ਮੁੱਦਿਆਂ ਦੀ ਗੱਲ ਰੱਖਦੇ ਸੀ, ਪੰਜਾਬ ਦੀ ਗੱਲ ਰੱਖਦੇ ਸੀ, ਉਹ ਸਰਦਾਰ ਭਗਵੰਤ ਮਾਨ ਜੀ ਸੀਗੇ। ਉਹ ਇੱਕ ਇਹੋ ਜਿਹੇ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਨੇ ਜਿਹੜੇ ਮੋਦੀ ਦਾ ਨਾਮ ਲੈ ਕੇ ਉਹਦੇ ਜਿਹੜੀਆਂ ਘੁਟਾਲਿਆਂ ਨੂੰ ਉਜਾਗਰ ਕਰਦੇ ਨੇ ਬਿਨਾਂ ਡਰ ਤੋਂ, ਇਸੇ ਗੱਲ ਕਰਕੇ ਝੂਠੇ ਮੁਕੱਦਮੇ ਕਰਕੇ ਜਿਹੜਾ ਭਾਜਪਾ ਸਰਕਾਰ ਹੈ ਉਹ ਸਾਡੀ ਪਾਰਟੀ ਦੇ ਲੀਡਰਾਂ ਨੂੰ ਅੰਦਰ ਦੇ ਰਹੀ ਹੈ। ਪਰ ਨਾ ਅਰਵਿੰਦ ਕੇਜਰੀਵਾਲ ਜੀ ਡਰਨ ਵਾਲਿਆਂ 'ਚੋਂ ਨੇ, ਨਾ ਝੁਕਣ ਵਾਲਿਆਂ 'ਚੋਂ ਨੇ। ਆਪਣੀ ਪਾਰਟੀ ਲੋਕਾਂ ਨੇ ਸੰਘਰਸ਼ਾਂ 'ਚੋਂ ਕੱਢੀ ਹੋਈ ਪਾਰਟੀ ਹੈ, ਧਰਨਿਆਂ 'ਚੋਂ ਨਿਕਲੀ ਹੋਈ ਪਾਰਟੀ ਹੈ,
ਡਟ ਕੇ ਇਹਨਾਂ ਦੇ ਜ਼ੁਲਮ ਦਾ ਸਾਹਮਣਾ ਕਰਾਂਗੇ, ਪਰ ਲੋਕਾਂ ਦੇ ਹੱਕਾਂ ਲਈ ਲੜਦੇ ਤੇ ਅੜਦੇ ਇਸੇ ਤਰੀਕੇ ਰਹਾਂਗੇ। ਸੋ ਅਮਰੀਕਾ ਦਾ ਰਾਸ਼ਟਰਪਤੀ ਸੀਗਾ ਇੱਕ ਜੌਨ ਐਫ ਕੈਨੇਡੀ, ਉਹਨੇ ਆਪਣੇ ਸਹੁੰ ਚੱਕ ਸਮਾਗਮ ਦੇ ਵਿੱਚ ਇੱਕ ਗੱਲ ਕਹੀ ਸੀ, ਆਸਕ ਨਾਟ ਵਟ ਯੂਅਰ ਕੰਟਰੀ ਕੈਨ ਡੂ ਫੋਰ ਯੂ, ਆਸਕ ਵਟ ਯੂ ਕੈਨ ਡੂ ਫੋਰ ਯੂਅਰ ਕੰਟਰੀ। ਇਹ ਨਾ ਦੇਖੋ ਕਿ ਦੇਸ਼ ਤੁਹਾਡੇ ਲਈ ਕੀ ਕਰ ਸਕਦਾ, ਇਹ ਦੇਖੋ ਕਿ ਤੁਸੀਂ ਦੇਸ਼ ਲਈ ਕੀ ਕਰ ਸਕਦੇ ਹੋ। ਅੱਜ ਇਹ ਗੁੰਡਾਗਰਦੀ ਵਾਲੀ ਤਾਨਾਸ਼ਾਹ ਵਾਲੀ ਬੋਧੀ ਸਰਕਾਰ ਦੇ ਖਿਲਾਫ ਸਾਨੂੰ ਕ੍ਰਾਂਤੀਕਾਰੀਆਂ ਦੀ, ਚੰਗੇ ਲੋਕਾਂ ਦੀ, ਜਿਹੜੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕਣ, ਧਰਮਾਂ ਦੇ ਨਾਂ 'ਤੇ ਨਾ ਵੰਡਣ, ਵਿਕਾਸ ਦੀ ਗੱਲ ਕਰਨ, ਇਹੋ ਜਿਹੀ ਸਰਕਾਰ ਪਹਿਲਾਂ ਦੇਸ਼ ਨੂੰ ਬਣਾ ਕੇ ਦੇਣੀ ਪੈਣੀ ਹੈ, ਇਹੋ ਜਿਹੇ ਲੋਕਾਂ ਦੇ ਹੱਥ ਦੇਸ਼ ਦੀ ਵਾਂਗਡੋਰ ਸੰਭਾਲਣੀ ਪੈਣੀ ਹੈ, ਉਸ ਤੋਂ ਬਾਅਦ ਜਿਹੜੀ ਹੈਗੀ ਅਸੀਂ ਜ਼ਿੰਮੇਵਾਰ ਹਾਂ। ਸੋ ਇਹ ਗਲਤ ਲੋਕਾਂ ਦੇ ਹੱਥਾਂ 'ਚੋਂ ਵਾਗਡੋਰ ਕੱਢਣ ਦਾ ਜਿਹੜਾ ਵੇਲਾ ਆ ਗਿਆ ਜੀ, ਅਤੇ ਅਸੀਂ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਮੰਤਰੀ ਸਾਹਿਬਾਨ, MLA ਸਾਹਿਬਾਨ, ਇੱਕ ਇੱਕ ਅਹੁਦੇਦਾਰ, ਇੱਕ ਇੱਕ ਵਲੰਟੀਅਰ ਫਖਰ ਮਹਿਸੂਸ ਕਰਦੇ ਹਾਂ ਕਿ ਅਸੀਂ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਕੰਮ ਕਰਦੇ ਹਾਂ।